पीजीए ਚ ਹੋਈ ਅਗਜ਼ਨੀ ਤੋਂ ਬਾਅਦ ਇਹ ਜਾਣਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇਕਰ ਇੱਕ ਹਸਪਤਾਲ ਬੰਦ ਹੈ ਤਾਂ ਉਸ ਹਸਪਤਾਲ ਦੇ ਵਿੱਚ ਫਾਇਰ ਸੇਫਟੀ ਨੋਰਮਸ ਕੀ ਹੁੰਦੇ ਨੇ ਤੇ ਉਹਦੇ ਅਕੋਰਡਿੰਗ ਉਹਦੀ ਵਰੀਏਸ਼ਨ ਹੁੰਦੀ ਆ ਉਹ ਸਿਸਟਮ ਨੂੰ ਵਿਧਾਇਆ ਘਟਾਇਆ ਗਿਆ ਐਕਟ ਦੇ ਵਿੱਚ ਤੇ ਉਹ ਚੀਜ਼ ਦੀ ਫਿਕਸੇਸ਼ਨ ਐਕਟ ਦੇ ਕੇ ਹੀ ਕੀਤੀ ਜਾਂਦੀ ਹੈ ਪੂਰਨ ਤੌਰ ਤੇ ਜੋ ਵੀ ਇਕੁਪਮੈਂਟ ਹੈਗੀ ਹੈ ਉਹਦੇ ਵਿੱਚ ਪ੍ਰਬੰਧਕਾਂ ਨੂੰ ਇੱਕ ਲੈਵਲ ਤੇ ਅੱਗੇ ਆਪਾਂ پابੰਦ ਕੀਤਾ ਜਾਂਦਾ ਵੀ ਇਹਦੀ ਜਿਹੜੀ ਨਿਜੀ ਦੇਖਰੇਖ ਆ ਇਹ ਤੁਹਾਡੀ ਨਿਜੀ ਜ਼ਿੰਮੇਵਾਰੀ ਹੈ ਫਾਇਰ ਸੇਫਟੀ ਸਰਟੀਫਿਕੇਟ ਇਸ਼ੂ ਕੀਤਾ ਗਿਆ ਸੀ ਜਦੀ ਮਿਆਦ 25 ਸਤੰਬਰ 2023 ਤੱਕ ਨਿਸ਼ਚਿਤ ਸੀ ਇਹ ਜਿਹੜੀ ਸਰਟੀਫਿਕੇਟ ਦੀ ਮਿਆਦ ਆ ਇਹ ਸਮਾਪਤ ਹੋ ਚੁੱਕੀ ਹੈ ਇਹ ਸਮਾਪਤ ਹੋਣ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਕ ਨੋਟਿਸ ਵੀ ਇਸ਼ੂ ਕੀਤਾ ਹੈ ਪੀਜੀਏ ਚ ਹੋਈ ਅਗਜ਼ਨੀ ਤੋਂ ਬਾਅਦ ਇਹ ਜਾਣਨਾ ਬਹੁਤ ਜ਼ਰੂਰੀ ਹੋ ਜਾਂਦਾ ਕਿ ਜੇਕਰ ਇੱਕ ਹਸਪਤਾਲ ਬੰਦ ਹੈ ਤਾਂ ਉਸ ਹਸਪਤਾਲ ਦੇ ਵਿੱਚ ਫਾਇਰ ਸੇਫਟੀ ਨਾਰਮਸ ਕੀ ਹੁੰਦੇ ਨੇ ਕੀ ਕੀ ਉਸ ਹਸਪਤਾਲ ਦੀ ਬਿਲਡਿੰਗ ਦੇ ਵਿੱਚ ਫਾਇਰ ਸੇਫਟੀ ਨੂੰ ਲੈ ਕੇ ਇਕੁਪਮੈਂਟ ਖਾਣ ਜਿਹੜੇ ਆ ਰੱਖੇ ਜਾਣੇ ਉਹ ਬੇहद ਜ਼ਰੂਰੀ ਹੁੰਦੇ ਨੇ ਇਸ ਬਾਬਤ ਸਾਡੇ ਨਾਲ ਗੱਲ ਕਰਨ ਲਈ ਸਾਡੇ ਨਾਲ ਸਿਕੰਦਰ ਸਿੰਘ ਜੀ ਮੌਜੂਦ ਨੇ ਜੋ ਕਿ ਖੁਦ ਇੱਕ ਫਾਇਰ ਆਫੀਸਰ ਨੇ ਹਰ ਰੋਜ਼ ਅਜਿਹੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਸ ਨਾਲ ਜੂਝਦੇ ਨੇ ਤੇ ਲੋਕਾਂ ਨੂੰ ਸੇਫਲੀ ਬਾਹਰ ਕੱਢ ਕੇ ਲੈ ਕੇ ਆਉਂਦੇ ਨੇ ਸੋ ਸਿਕੰਦਰ ਜੀ ਸਭ ਤੋਂ ਪਹਿਲਾ ਸਵਾਲ ਇਹ ਹੀ ਆਉਂਦਾ ਹੈ ਕਿ ਅਗਰ ਇੱਕ ਗੱਲ ਕੀਤੀ ਜਾਵੇ ਆਮੂਮਨ ਜੇ ਕੋਈ ਹਸਪੀਟਲ ਹੈ ਤਾਂ ਉਸ ਦੇ ਫਾਇਰ ਸੇਫਟੀ ਨੋਰਮਸ ਕੀ ਕਹਿੰਦੇ ਨੇ ਕਿਸ ਤਰੀਕੇ ਦੇ ਨਾਲ ਇਕੁਪਮੈਂਟਸ ਜਿਹੜੇ ਨੇ ਉਸ ਹਸਪਤਲ ਦੇ ਵਿੱਚ ਹੋਣੇ ਚਾਹੀਦੇ ਨੇ ਤਾਂ ਜੋ ਅਗਰ ਕੋਈ ਇਦਾਂ ਦੀ ਘਟਨਾ ਵਾਪਰਦੀ ਆ ਤਾਂ ਉਸ ਵਕਤ ਉਹ ਇਕੁਪਮੈਂਟ ਇਸਤੇਮਾਲ ਕੀਤੇ ਜਾਣ ਬਿਲਕੁਲ ਸਰ ਸਾਸੀ ਕਾਲ ਜੀ ਪਹਿਲਾਂ ਤਾਂ ਸਾਰੀ ਮੇਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰਾ ਨਾਮ ਅਕਿੰਦਰ ਸਿੰਘ ਹੈ ਤੇ ਮੈਂ ਇੱਥੇ ਸਾਬਕਾ ਫਾਇਰ ਅਫਸਰ ਦੀ ਪੋਸਟ ਤੇ ਤਨਤ ਫਾਇਰ ਸਟੇਸ਼ਨ ਮੋਹਾਲੀ ਵਿਖੇ ਅ ਜਿਵੇਂ ਤੁਸੀਂ ਹਸਪੀਟਲ ਦੀ ਗੱਲ ਕੀਤੀ ਆ ਹਸਪੀਟਲ ਕੀ ਜੋ ਵੀ ਜਿੰਨੇ ਵੀ ਕਿਸਮ ਦੇ ادارے ਹੁੰਦੇ ਆ ਉਹਨਾਂ ਨੂੰ ਵੱਖਰੀ ਵੱਖਰੀ ਓਕਿਊਪੈਂਸੀਆਂ ਦੇ ਅਕੋਰਡਿੰਗ ਵਿਚਾਰਿਆ ਜਾਂਦਾ ਅ ਜੋ ਸਾਡੇ ਹਸਪੀਟਲ ਨੇ ਇਹ ਇੰਸਟੀਚੂਨਲ ਬਿਲਡਿੰਗ ਦੇ ਵਿੱਚ ਫਾਲ ਕਰਦੇ ਨੇ ਅਕੋਰਡਿੰਗ ਟੂ ਨੈਸ਼ਨਲ ਬਿਲਡਿੰਗ ਕੋਡ ਆਫ ਇੰਡੀਆ 2016 ਚ ਟੇਬਲ ਨੰਬਰ 7 ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਸਾਡੇ ਅਧੀਨ ਜੋ ਨਜ਼ਦੀਕ ਸਰਕਾਰੀ ਹਸਪਤਾਲ ਆਉਂਦਾ ਫੇਸ 6 ਦਾ ਡਾਕਟਰ ਬੀ ਆਰ ਅੰਬੇਦਕਰ ਉਹ ਇੰਸਟੀਚੂਨਲ ਬਿਲਡਿੰਗ ਸੀ ਤੇ ਗਰੁੱਪ 2 ਦੇ ਵਿੱਚ ਫਾਲ ਕਰਦਾ ਆ ਉਹਦੇ ਉਹਦੇ ਅਕੋਰਡਿੰਗ ਹੀ ਜੋ ਨੋਰਮਸ ਫਿਕਸੇਸ਼ਨ ਹੋਈ ਹੋਈ ਆ ਜੋ ਇੰਸਟਾਲੇਸ਼ਨ ਆ ਫਿਕਸ ਜਾਂ ਪੋਰਟੇਬਲ ਉਹਦੇ ਅਕੋਰਡਿੰਗ ਹੀ ਉਹਦੇ ਵਿੱਚ ਸਿਸਟਮ ਲਗਾਉਣਾ ਬਣਦਾ ਆ ਕਿਸੇ ਵੀ ਹਸਪੀਟਲ ਦੇ ਵਿੱਚ ਈਵਨ ਇੰਸਟੀਚੂਨਲ ਬਿਲਡਿੰਗ ਦੇ ਅਕੋਰਡਿੰਗ ਅਕੋਰਡਿੰਗ ਟੂ ਨੈਸ਼ਨਲ ਬਿਲਡਿੰਗ ਕੋਡ ਉਹ ਸਿਸਟਮ ਲਾਉਣਾ ਬਣਦਾ ਆ ਸਿਸਟਮ ਦੇ ਵਿੱਚ ਕਿਹੜੇ ਕਿਹੜੇ ਇਕੁਪਮੈਂਟ ਜਿਹੜੇ ਨੇ ਉਹ ਮੇਜਰ ਇਕੁਪਮੈਂਟਸ ਹੁੰਦੇ ਨੇ ਮਿਜਰ ਸਰ ਇਦਾਂ ਇਹ ਅਕੋਰਡਿੰਗ ਟੂ ਬੈਡਸ ਮਤਲਬ ਜਦੋਂ ਜਿਵੇਂ ਜਿਵੇਂ ਹਸਪੀਟਲ ਦੇ ਬੈਡਾਂ ਦੀ ਗਿਣਤੀ ਵਧਦੀ ਹੈ ਜਾਂ ਚਾਈ ਵਧਦੀ ਹੈ ਤੇ ਉਹਦੇ ਅਕੋਰਡਿੰਗ ਉਹਦੀ ਵਰੀਏਸ਼ਨ ਹੁੰਦੀ ਆ ਉਹ ਸਿਸਟਮ ਨੂੰ ਵਧਾਇਆ ਘਟਾਇਆ ਗਿਆ ਐਕਟ ਦੇ ਵਿੱਚ ਤੇ ਉਹ ਚੀਜ਼ ਦੀ ਫਿਕਸੇਸ਼ਨ ਐਕਟ ਦੇ ਕੇ ਹੀ ਕੀਤੀ ਜਾਂਦੀ ਹੈ ਪੂਰਨ ਤੌਰ ਤੇ ਜਿਤੇ ਫਾਇਰ ਸਟਿੰਗੁਇਸ਼ਰਸ ਹੋ ਗਏ ਜਿਹੜੀਆਂ ਫਾਇਰ ਪਾਈਪਸ ਹੋ ਗੀਆਂ ਫਾਇਰ ਹੌਜ਼ਸ ਹੋ ਗਈਆਂ ਇਹ ਕਿੰਨਾ ਕੁ ਜ਼ਰੂਰੀ ਹੁੰਦੀਆਂ ਨੇ ਖਾਸ ਕਰਕੇ ਜਿੱਦੇ ਤੁਸੀਂ ਨੋਰਮਸ ਦੀ ਗੱਲ ਕਰ ਰਹੇ ਹੋ ਉਹਨਾਂ ਨੋਰਮਸ ਦੇ ਹਿਸਾਬ ਨਾਲ ਕਿੰਨਾ ਕੁ ਜ਼ਰੂਰੀ ਹੁੰਦੀਆਂ ਨੇ ਤੇ ਉਸ ਦੀ ਐਕਸਪਾਇਰੀ ਆ ਜਿਹੜੀ ਵੈਲਿਡਿਟੀ ਹੁੰਦੀ ਉਹ ਕਿਸ ਤਰੀਕੇ ਨਾਲ ਦੇਖੀ ਜਾਂਦੀ ਹੈ ਵੈਲਿਡਿਟੀ ਸਰ ਇਹ ਇਹ ਤਾਂ ਜਦੋਂ ਡਿਪਾਰਟਮੈਂਟ ਫਾਇਰ ਸੇਫਟੀ ਸਰਟੀਫਿਕੇਟ ਜਾਰੀ ਕਰਦਾ ਤੇ ਜਿਵੇਂ ਹੌਜ਼ ਪਾਈਪ ਹੈ ਇਹਦੀ ਮੇਨਟੇਨੈਂਸ ਹੈ ਜਾਂ ਜੋ ਵੀ ਇਕੁਪਮੈਂਟ ਹੈਗੀ ਹੈ ਉਹਦੇ ਵਿੱਚ ਪ੍ਰਬੰਧਕਾਂ ਨੂੰ ਇੱਕ ਲੈਵਲ ਤੇ ਆ ਕੇ ਆਪਾਂ پابੰਦ ਕੀਤਾ ਜਾਂਦਾ ਹੈ ਵੀ ਇਹਦੀ ਜਿਹੜੀ ਨਿਜੀ ਦੇਖਰੇਖ ਆ ਇਹ ਤੁਹਾਡੀ ਨਿਜੀ ਜ਼ਿੰਮੇਵਾਰੀ ਆ ਤੇ ਸਿੱਖਿਅਤ ਵਿਅਕਤੀ ਵੀ ਹੋਣੇ ਚਾਹੀਦੇ ਨੇ ਕਿਉਂਕਿ ਅਸੀਂ ਫਿਕਸ ਫਾਇਰ ਫਾਈਟਿੰਗ ਇੰਸਟਾਲੇਸ਼ਨ ਕਰਵਾ ਲੰਨੇ ਆ ਕੋਈ ਵੀ ਅਦਾਰਾ ਉਹ ਚਲਾਉਣ ਵਾਸਤੇ ਕੁਛ ਐਜੂਕੇਟਿਡ ਪਰਸਨ ਜੋ ਫਾਇਰ ਦੇ ਨਾਰਮਸ ਵਰਤੀ ਜਾਗਰੂਕ ਹੋਣ ਉਹ ਵੀ ਸਿੱਖਿਅਤ ਵਿਅਕਤੀ ਨਿਯੁਕਤ ਕੀਤੇ ਜਾਣੇ ਚਾਹੀਦੇ ਨੇ ਉਹ ਸਾਡੀ ਐਨਓਸੀ ਦੀਆਂ ਸ਼ਰਤਾਂ ਦੇ ਵਿੱਚ ਵੀ ਹੈਗਾ ਵੀ ਸਿੱਖੇ ਦੇ ਵਿਅਕਤੀ ਸਿਸਟਮ ਨੂੰ ਚਲਾਉਣ ਲਈ ਨਿਯੁਕਤ ਕੀਤੇ ਜਾਣ ਤਪ ਤੋਂ ਵੱਡੀ ਗੱਲ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਤੁਹਾਡੇ ਅਧੀਨ ਜਿਹੜਾ 6 ਫੇਸ ਦਾ ਸਰਕਾਰੀ ਹਸਪਤਾਲ ਆਂਦਾ ਹੈ ਉਸ ਦੇ ਫਾਇਰ ਸੇਫਟੀ ਨਾਰਮਸ ਦੀ ਗੱਲ ਕਿਤੇ ਜਾਵੇ ਤੇ ਕਿੰਨਾ ਕੁ ਖਰਾ ਜਿਹੜਾ ਹੈ ਉਹ ਹਸਪਤਾਲ ਜਿਹੜਾ ਫਾਇਰ ਸੇਫਟੀ ਨਾਰਮਸ ਦੇ ਉੱਤੇ ਉਤਰ ਰਿਹਾ ਹੈ ਉਸ ਦੀ ਐਨਓਸੀਜ਼ ਬਾਰੇ ਕੀ ਜਾਣਕਾਰੀ ਹੈ ਕਿਸ ਤਰੀਕੇ ਨਾਲ ਉਸ ਨੂੰ ਦੇਖਿਆ ਜਾਵੇ ਅ ਮੌਜੂਦਾ ਜੋ ਆਪਣਾ ਸਿਵਲ ਹਸਪੀਟਲ ਫੇਸ 6 ਹੈ ਡਾਕਟਰ ਬੀ ਆਰ ਅਮਰੀਤਕਰ ਇਹਨਾਂ ਨੇ 2022 ਦੇ ਸਾਲ 2022 ਦੇ ਵਿੱਚ ਫਾਇਰ ਸੇਫਟੀ ਸਰਟੀਫਿਕੇਟ ਅਪਲਾਈ ਕੀਤਾ ਸੀ ਫਾਇਰ ਡਿਪਾਰਟਮੈਂਟ ਮੁਹਾਲੀ ਵੱਲੋਂ 26 ਸਤੰਬਰ 2022 ਨੂੰ ਫਾਇਰ ਸੇਫਟੀ ਸਰਟੀਫਿਕੇਟ ਇਸ਼ੂ ਕੀਤਾ ਗਿਆ ਸੀ ਜਦੀ ਮਿਆਦ 25 ਸਤੰਬਰ 2023 ਤੱਕ ਨਿਸ਼ਚਿਤ ਸੀ ਇਹ ਜਿਹੜੀ ਸਰਟੀਫਿਕੇਟ ਦੀ ਮਿਆਦ ਆ ਇਹ ਸਮਾਪਤ ਹੋ ਚੁੱਕੀ ਹੈ ਇਹ ਸਮਾਪਤ ਹੋਣ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਕ ਨੋਟਿਸ ਵੀ ਇਸ਼ੂ ਕੀਤਾ ਨੋਟਿਸ ਵੀ ਇਸ਼ੂ ਕੀਤਾ ਇਹਨਾਂ ਨੂੰ ਕਿ ਜੋ ਤੁਹਾਡਾ ਫਾਇਰ ਸੇਫਟੀ ਸਰਟੀਫਿਕੇਟ ਹੈ ਇਹਦੀ ਮਿਆਦ ਸਮਾਪਤ ਹੋ ਚੁੱਕੀ ਹੈ ਇਹਨੂੰ ਰੀਨਿਊਅਲ ਕਰਾਉਣ ਸੰਬੰਧੀ ਆਪਣੇ ਸਿਸਟਮ ਨੂੰ ਦਰੁਸਤ ਕਰਕੇ ਰੀ ਅਪਲਾਈ ਕੀਤਾ ਜਾਵੇ ਫਾਇਰ ਭਾਗ ਮੁਹਾਲੇ ਦੀ ਵੈਬਸਾਈਟ ਤੇ ਤਾਂ ਜੋ ਇਹਦੀ ਕ੍ਰਾਸ ਚੈਕਿੰਗ ਕਰਕੇ ਇਹਦੀ ਇਨਸਪੈਕਸ਼ਨ ਕਰਕੇ ਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ ਤੁਸੀਂ ਇਨਸਪੈਕਸ਼ਨ ਦਾ ਜ਼ਿਕਰ ਕੀਤਾ ਇਨਸਪੈਕਸ਼ਨਸ ਦੇ ਵਿੱਚ ਸਭ ਤੋਂ ਜ਼ਿਆਦਾ ਕਿਹੜੇ ਇਕੁਪਮੈਂਟਸ ਜਾਂ ਫਿਰ ਕਿਹੜੀਆਂ ਚੀਜ਼ਾਂ ਦਾ ਖਿਆਲ ਸਭ ਤੋਂ ਜ਼ਿਆਦਾ ਰੱਖਿਆ ਜਾਂਦਾ ਖਾਸ ਕਰਕੇ ਹਸਪਤਾਲ ਦੇ ਅਧਾਰ ਦੇ ਵਿੱਚ ਬਿਲਕੁਲ ਸਰ ਇਹ ਤਾਂ ਮੈਂ ਜਿਵੇਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਹੈ ਵੀ ਜੋ ਵੀ ਨੈਸ਼ਨਲ ਬਿਲਡਿੰਗ ਕੋਡ ਆਫ ਇੰਡੀਆ ਜਿਹਨੂੰ ਪੂਰਾ ਭਾਰਤ ਵਰਸ ਤੇ ਲਾਗੂ ਹੈ ਉਹਦੇ ਵਿੱਚ ਟੇਬਲ ਨੰਬਰ 7 ਹੈ ਟੇਬਲ ਨੰਬਰ 7 ਦੇ ਵਿੱਚ ਜਿਹੜੇ ਹਸਪੀਟਲ ਨੇ ਉਹ ਇੰਸਟੀਚਨਲ ਬਿਲਡਿੰਗ ਦੇ ਵਿੱਚ ਫਾਲ ਕਰਦੇ ਨੇ ਤੇ ਇਹ ਜਿਹੜਾ ਆਪਣਾ ਹਸਪੀਟਲ ਹੈ ਇਹ ਇੰਸਟੀਚਨਲ ਬਿਲਡਿੰਗ ਸੀ ਦੇ ਗਰੁੱਪ 2 ਦੇ ਵਿੱਚ ਫਾਲ ਕਰਦਾ ਉਹਦੇ ਵਿੱਚ ਜਿਹੜਾ ਟੇਬਲ ਕ੍ਰੀਏਟ ਕੀਤਾ ਹੋਇਆ ਉਹਦੇ ਵਿੱਚ ਇੱਕ ਇੱਕ ਚੀਜ਼ ਦਾ ਵੇਰਵਾ ਹੈਗਾ ਉਹ ਵੇਰਵੇ ਦੇ ਨਾਲ ਅਸੀਂ ਉਹਨੂੰ ਕਰਾਸ ਚੈੱਕ ਕਰਦੇ ਆਂ ਵੀ ਉਹ ਓਕਿਊਪੈਂਸੀ ਦੇ ਮੁਤਾਬਕ ਉਹਨਾਂ ਨੇ ਉਹ ਸਿਸਟਮ ਲਗਾਇਆ ਹੋਇਆ ਤੇ ਜੇ ਲਗਾਇਆ ਹੋਇਆ ਤਾਂ ਉਹਨੂੰ ਚਲਾ ਕੇ ਵੀ ਦਿਖਾਉਂਦੇ ਆਂ ਅਸੀਂ ਵੀ ਕੱਲੀ ਕੱਲੀ ਚੀਜ਼ ਨੂੰ ਜਾ ਕੇ ਚੈੱਕ ਕਰਕੇ ਤੇ ਫਿਰ ਫਾਇਰ ਸੇਫਟੀ ਸਰਟੀਫਿਕੇਟ ਜਾਰੀ ਕਰਨ ਸੰਬੰਧੀ ਅਗਲੀ ਰੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਜੀ